ਇਹ ਇਵੈਕੂਏਟਡ ਟਿਊਬ ਸੂਰਜੀ ਸੁਕਾਵਾ ਇੱਕ ਦਰਮਿਆਨੇ ਆਕਾਰ ਦਾ ਸੂਰਜੀ ਸੁਕਾਵਾ ਹੈ ਜਿਸ ਵਿੱਚ ਹਲਦੀ ਮਿਰਚਾਂ ਮੇਥੀ ਆਂਵਲਾ ਜਾਮਨ ਵਰਗੀਆਂ ਜਿਨਸਾਂ ਤੋਂ ਇਲਾਵਾ ਵੜੀਆਂ ਅਚਾਰ ਲਈ ਸਬਜ਼ੀਆਂ ਆਦਿ ਸੁਕਾਏ ਜਾ ਸਕਦੇ ਨੇ ਇਸ ਸੁਕਾਵੇ ਵਿੱਚ 40 ਕਿਲੋ ਤੱਕ ਜਿਨਸ ਇੱਕ ਵਾਰ ਵਿੱਚ ਸੁਕਾਈ ਜਾ ਸਕਦੀ ਹੈ ਇਸ ਸੁਕਾਵੇ ਨੂੰ ਧੁੱਪ ਤੋਂ ਇਲਾਵਾ ਹੋਰ ਕਿਸੇ ਪ੍ਰਕਾਰ ਦੀ ਊਰਜਾ ਦੀ ਜ਼ਰੂਰਤ ਨਹੀਂ ਇਸ ਸੁਕਾਵੇ ਵਿੱਚ ਜਿਨਸ ਨੂੰ ਸਿੱਧੀ ਧੁੱਪ ਤੋਂ ਬਚਾ ਕੇ ਗਰਮ ਹਵਾ ਨਾਲ ਸੁਕਾਇਆ ਜਾਂਦਾ ਹੈ ਜਿਸ ਕਰਕੇ ਸੁੱਕੀ ਹੋਈ ਜਿਨਸ ਦਾ ਰੰਗ ਬਰਕਰਾਰ ਰਹਿੰਦਾ ਹੈ ਖੁੱਲ੍ਹੇ ਵਿੱਚ ਸੁਕਾਉਣ ਸਮੇਂ ਸਿੱਧੀ ਧੁੱਪ ਦਾ ਅਸਰ ਲਾਲ ਮਿਰਚ ਮੇਥੀ ਆਦਿ ਦੇ ਰੰਗ ਤੇ ਆਮ ਦੇਖਿਆ ਜਾਂਦਾ ਹੈ ਬਾਹਰ ਧੁੱਪ ਦੇ ਮੁਕਾਬਲੇ ਇਸ ਸੁਕਾਵੇ ਵਿੱਚ ਜਿਨਸ ਸੁਕਾਉਣ ਲਈ ਘੱਟ ਸਮਾਂ ਲੱਗਦਾ ਹੈ ਅਤੇ ਸੁੱਕੀ ਜਿਨਸ ਦੀ ਗੁਣਵੱਤਾ ਬਿਹਤਰ ਰਹਿੰਦੀ ਹੈ ਖਰਾਬ ਮੌਸਮ ਜਾਂ ਰਾਤ ਵੇਲੇ ਸੁਕਾਵੇ ਵਿੱਚ ਪਈ ਜਿਨਸ ਨੂੰ ਸੰਭਾਲਣ ਦੀ ਲੋੜ ਨਹੀਂ ਇਸ ਸੁਕਾਵੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਪੀਏਯੂ ਨੇ ਇਸ ਨੂੰ ਬਣਾ ਕੇ ਵੇਚਣ ਦੇ ਅਧਿਕਾਰ ਦੋ ਨਿੱਜੀ ਕੰਪਨੀਆਂ ਨੂੰ ਦਿੱਤੇ ਨੇ ਜਿਨ੍ਹਾਂ ਦੇ ਪਤੇ ਚਾਰਟ ਤੇ ਦਰਸਾਏ ਗਏ ਨੇ ਇਹ ਸੂਰਜੀ ਸੁਕਾਵਾ 12 ਥਾਵਾਂ ਤੇ ਚੱਲ ਰਿਹਾ ਹੈ ਜਿਸ ਦਾ ਪਤਾ ਇਸ ਟੇਬਲ ਵਿੱਚ ਦਿਖਾਇਆ ਗਿਆ ਹੈ